ਸ੍ਰੀ ਕਾਲ ਜੀ ਮੈਂ ਖੁਸ਼ੀ ਤੇ ਲੈ ਕੇ ਹਾਜ਼ਰ ਆ ਖਰੀਆਂ ਖਰੀਆਂ ਪੁਲਵਾਮਾ ਵਿੱਚ ਹੋਏ ਹਮਲੇ ਨੇ ਹਰ ਇੱਕ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਇਸ ਹਮਲੇ ਤੋਂ ਬਾਅਦ ਇੰਡੀਆ ਤੇ ਪਾਕਿਸਤਾਨ ਦੇ ਹਾਲਾਤ ਹੋਰ ਵੀ ਜ਼ਿਆਦਾ ਖਰਾਬ ਹੋ ਗਏ ਉੱਥੇ ਹੀ ਲੁਧਿਆਣਾ ਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਰਾਖੀ 사ਵਨ ਚ ਦੇਸ਼ ਭਗਤੀ ਦੇਖਣ ਨੂੰ ਮਿਲੀ ਕਿ ਮੈਂ ਰਾਖੀ 사ਵਨ ਇੰਡੀਅਨ ਹੂੰ ਇਸ ਦੇਸ਼ ਕੀ ਨਾਗਰਿਕ ਹੂੰ ਅਗਰ देश को मेरी जरूरत है तो मैं हजार दो हजार बॉम्ब लगा के पाकिस्तान में कूद जाऊंगी हजार दो हजार बॉम्ब लगा के पाकिस्तान में कूद जाऊंगी हाँ भाई ये देश के लिए जान दे सकती हूँ मैं ਸੋ ਦੇਖਿਆ ਦੋਸਤੋ ਰਾਖੀ ਸਾਵਤ ਨੇ ਕਿਹਾ ਕਿ ਜੇਕਰ ਦੇਸ਼ ਨੂੰ ਉਸਦੀ ਜ਼ਰੂਰਤ ਪਏਗੀ ਤਾਂ ਉਹ ਹਮੇਸ਼ਾ ਅੱਗੇ ਰਹੇਗੀ ਉਹ ਤਾਂ ਇੱਥੋਂ ਤੱਕ ਰਾਖੀ ਸਾਵਤ ਨੇ ਕਹਿ ਦਿੱਤਾ ਕਿ ਜੇਕਰ ਦੇਸ਼ ਦੇ ਲਈ ਉਹ ਤਾਂ ਆਪਣੇ ਨਾਲ 1 2000 ਬੰਬ ਬਣ ਕੇ ਵੀ ਪਾਕਿਸਤਾਨ ਦੇ ਵਿੱਚ ਕੁੱਦਣ ਲਈ ਤਿਆਰ ਹੈ ਜਿੱਥੇ ਰਾਖੀ ਸਾਵਤ ਅੱਗੇ ਸਿਰਫ ਤਾਂ ਸਿਰਫ ਆਪਣੀਆਂ ਗੱਲਾਂ ਦੇ ਕਰਕੇ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਸੀ ਉੱਥੇ ਹੀ ਇਸ ਵਾਰ ਦੇਸ਼ ਭਗਤੀ ਦੀਆਂ ਗੱਲਾਂ ਦੇ ਕਰਕੇ ਸੁਰਖੀਆਂ ਦੇ ਵਿੱਚ ਛਾ ਗਈ For new updates please subscribe, A1 News and click the bell icon.